ਲਾਹੌਰਾਂ ਪਿਆ ਜਾ ਖੜੀ ਹੈ। 14 ਅਗਸਤ ਮਨਾਨੇ ਤੋਂ ਹਮ ਯਹਾਂ ਆਏ ਥੇ ਲੇਕਿਨ ਯਹਾਂ ਕਿਆ ਹੁਆ ਤੋ ਯਹਾਂ ਬਹੁਤ ਸੇ ਮਸਲੇ ਵੀ ਬਣ ਜਾਤੇ ਹੈ, ਖਾਸ ਤੌਰ ਤੇ ਔਰਤੋਂ ਕੇ ਸਾਥ। ਤੋ ਔਰਤੋਂ ਕੋ ਅੰਦਰ ਲੈ ਕਰ ਨਹੀਂ ਜਾਣਾ ਚਾਹੀਏ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਅਸਲਾਮ ਅਲੈਕੁਮ। ਮੈਂ ਉਮੀਦ ਕਰਤੀ ਹੂੰ ਆਪ ਲੋਗ ਸਭ ਖੈਰ ਖਰੀਏ ਸਭ ਕੇ ਜਾ ਰਹੇ ਖੁਸ਼ ਰਹੇ ਹਮੇਸ਼ਾ ਕੀ ਤਰ੍ਹਾਂ ਸ਼ਾਦ ਆਬਾਦ ਰਹੇ ਹੱਸਤੇ ਮੁਸਕਰਾਤੇ ਰਹੇ ਆਮੀਨ। ਅਸਲਾਮ ਅਲੈਕੁਮ ਜੀ, ਅੱਜ 10 ਮੁਹੱਰਮ ਹੈ ਤੋ ਇਸ ਲਈ ਜ਼ਿਆਦਾ ਬਾਤ ਵੀ ਨਹੀਂ ਕਰਾਂਗੇ। ਜਿਤਨਾ ਜ਼ੁਲਮ ਉਨ ਦਰਿੰਦੋ ਨੇ ਕੀਆ ਹੈ ਔਰ ਉਸਕੀ ਸਜ਼ਾ ਅੱਲਾਹ ਪਾਕ ਉਨਕੋ ਜ਼ਰੂਰ ਦੇਗਾ, ਲੇਕਿਨ ਮੈਂ ਮੀਨਾਰੇ ਪਾਕਿਸਤਾਨ ਪੇ ਗਿਆ ਔਰ ਰਾਫਿਆ ਕੋ ਵੀ ਸਾਥ ਲੈ ਗਿਆ। ਇਹ ਮੇਰੀ ਜ਼ਿੰਦਗੀ ਕੀ ਸਭਸੇ ਬੜੀ ਗਲਤੀ ਥੀ ਔਰ ਅੱਲਾਹ ਪਾਕ ਨੇ ਹਮੇ ਬਚਾ ਲਿਆ। ਹਮ ਵਹਾਂ ਸੇ ਖੈਰ ਖਰੀਅਤ ਸੇ ਵਾਪਸ ਆ ਗਏ। ਵੀਡੀਓ ਮੌਜੂਦ ਹੈ, ਹੋਕਲੇ ਪਾਕ ਕੋ ਦਿਖਾਤੇ ਹੈ, ਲੇਕਿਨ ਮੈਂ ਆਪ ਸਬਸੇ ਯਹੀ ਰਿਕੁਐਸਟ ਕਰੂੰਗਾ, ਅੱਲਾਹ ਪਾਕ ਉਨ ਦਰਿੰਦੋ ਕੋ ਤੋ ਬਹੁਤ ਜ਼ਿਆਦਾ ਸਜ਼ਾ ਦੇਗਾ ਔਰ ਵੋ ਬਚ ਨਹੀਂ ਸਕਦੇ। ਅਬ ਵੋ ਜੇਲੋਂ ਮੇਂ ਬੈਠ ਕੇ ਮਾਫੀਆਂ ਮੰਗੇਂਗੇ, ਰੋਏਂਗੇ, ਗਿੜਗਿੜਾਏਂਗੇ, ਲੇਕਿਨ ਉਨਕੋ ਮਾਫੀ ਨਹੀਂ ਮਿਲੇਗੀ। ਲੇਕਿਨ ਮੈਂ ਆਪ ਸਬਸੇ ਯਹੀ ਰਿਕੁਐਸਟ ਕਰੂੰਗਾ ਕਿ ਕਭੀ ਵੀ ਜ਼ਿੰਦਗੀ ਮੇਂ ਯੇ ਗਲਤੀ ਨਾ ਕਰਨਾ, ਆਪਣੀ ਫੈਮਿਲੀ ਕੋ ਸਾਥ ਲੈ ਕੇ ਨਾ ਜਾਣਾ। ਯੇ ਲੋਕ ਸੁਧਰਨੇ ਵਾਲੇ ਨਹੀਂ ਹੈ। ਆਜ ਕੇ ਦਿਨ ਯਹਾਂ ਜੋ ਵੀ ਆਇਆ ਹੈ ਵੋ ਬਹੁਤ ਜ਼ਿਆਦਾ ਤੰਗ ਹੋ ਰਹਾ ਹੈ। ਹਾਲਾਂਕਿ ਲੋਕ ਬਹੁਤ ਹੀ ਜ਼ਿਆਦਾ ਸ਼ੌਕ ਸੇ ਆਤੇ ਹੈ, ਲੇਕਿਨ ਆਜ ਬਿਲਕੁਲ ਦਿਲ ਧਰਨੇ ਕੀ ਵੀ ਜਗ੍ਹਾ ਨਹੀਂ ਹੈ। ਵੋ ਆਪ ਦੇਖ ਸਕਤੇ ਹੈ, ਲੋਕ ਉੱਪਰ ਸੇ ਖੜੇ ਹੋ ਕਰ ਦੇਖ ਰਹੇ ਹੈ, ਵੋ ਅੰਦਰ ਜਾਣੇ ਕਾ ਚਾਂਸ ਨਹੀਂ ਹੈ। ਤੋ ਯਹਾਂ ਬਹੁਤ ਸੇ ਮਸਲੇ ਵੀ ਬਣ ਜਾਤੇ ਹੈ, ਖਾਸ ਤੌਰ ਤੇ ਔਰਤੋਂ ਕੇ ਸਾਥ। ਤੋ ਔਰਤੋਂ ਕੋ ਅੰਦਰ ਲੈ ਕਰ ਨਹੀਂ ਜਾਣਾ ਚਾਹੀਏ, ਇਤਨੇ ਜ਼ਿਆਦਾ ਰਸ਼ ਮੇਂ ਅਗਰ ਆਪ ਔਰਤੋਂ ਕੋ ਅੰਦਰ ਲੈ ਕਰ ਜਾਏਂਗੇ ਤੋ ਫਿਰ ਆਪ ਖੁਦ ਹੀ ਜ਼ਿੰਮੇਦਾਰ ਹੋਗੇ। ਮੈਨੇ ਤੋ ਰਾਫਿਆ ਕੋ ਸਾਈਡ ਪੇ ਖੜਾ ਕਰ ਦਿਆ, ਯੇ ਖੜੀ ਹੈ ਜੀ ਰਾਫਿਆ। ਰਾਫਿਆ ਕੀ ਤਬੀਅਤ ਵੀ ਖਰਾਬ ਹੈ ਥੋੜ੍ਹੀ ਸੀ, ਲੇਕਿਨ ਰਾਫਿਆ ਔਰ ਮੈਂ ਆਏ ਹੈ ਯਾਦਗਾਰ ਬਣਾ ਰਹੇ। ਤੋ ਦੋਸਤੋ ਜਹਾਂ ਮੇਰੇ ਖਿਆਲ ਮੇਂ ਆਪਕੋ ਸਮਝ ਨਹੀਂ ਆਇਆ ਜੀ, ਔਰ ਹਮ ਯਾਦਗਾਰ ਕੇ ਅੰਦਰ ਵੀ ਨਹੀਂ ਜਾ ਸਕਦੇ, ਬਹੁਤ ਜ਼ਿਆਦਾ ਰਸ਼ ਹੈ, ਪੈਰ ਰੱਖਣੇ ਕੀ ਜਗ੍ਹਾ ਹੀ ਨਹੀਂ ਹੈ। ਤੋ ਜਾਮ ਖੜੇ ਹੋਏ ਹੈ ਮੁਸ਼ਕਿਲ ਸੇ, ਤੋ ਰਾਫਿਆ ਜਹਾਂ ਖੜੀ ਹੈ। 14 ਅਗਸਤ ਮਨਾਨੇ ਤੋਂ ਹਮ ਯਹਾਂ ਆਏ ਥੇ ਲੇਕਿਨ ਯਹਾਂ ਕਿਆ ਹੁਆ ਕਿ ਪਹਿਲੇ ਹਮ ਵਾਗਾ ਬਾਰਡਰ ਪੇ ਗਏ, ਵਹਾਂ ਇਤਨਾ ਰਸ਼ ਥਾ, ਬੇਇੰਤਹਾ ਰਸ਼ ਥਾ। ਤੋ ਵਹਾਂ ਸੇ ਹਮਨੇ ਸੋਚਾ ਕਿ ਚਲੋ ਦੂਰ ਸੇ ਵਹਾਂ ਸੇ ਥੋੜੀ ਸੀ ਵੀਡੀਓ ਬਣਾਈ ਔਰ ਯਾਦਗਾਰ ਮੇਂ ਚਲਤੇ ਹੈਂ, ਇਤਨਾ ਰਸ਼ ਨਹੀਂ ਹੋਗਾ। ਲੇਕਿਨ ਯਹਾਂ ਆ ਕੇ ਪਤਾ ਚਲਾ ਕਿ ਯਹਾਂ ਤੋਂ ਉਸਸੇ ਵੀ ਬਹੁਤ ਜ਼ਿਆਦਾ ਰਸ਼ ਹੈ। ਤੋ ਆਪ ਯੇ ਮੰਜ਼ਰ ਦੇਖ ਸਕਤੇ ਹੈ ਔਰ ਜਗ੍ਹਾ ਨਹੀਂ ਹੈ ਜਾਣੇ ਕੀ, ਯੇ ਬਸ ਥੋੜੀ ਜੀ ਖੁੱਲੀ ਜਗ੍ਹਾ ਹਮਨੇ ਦੇਖੀ ਹੈ। ਤੋ ਯਹਾਂ ਖੜੇ ਹੋ ਗਏ, ਤੋ ਯਹਾਂ ਸੇ ਹਮ ਅੰਡਰਪਾਸ ਕੇ ਅੰਦਰ ਜਾਏਂਗੇ, ਸ਼ਾਇਦ ਹਮੇ ਰਾਸਤਾ ਮਿਲ ਜਾਏ। ਤੋ ਵਹਾਂ ਸੇ ਹਮ ਸਿੱਧਾ ਘਰ ਕੀ ਤਰਫ ਨਿਕਲੇਂਗੇ ਔਰ ਵੋ ਪੁਲ ਪੇ ਆਪਕੋ ਨਜ਼ਰ ਆ ਰਹਾ ਹੋਗਾ ਜੀ, ਇਹ ਸਾਹਮਣੇ ਤੋ ਪੁਲ ਕੇ ਉੱਪਰ ਵੀ ਲੋਕ ਖੜਾ ਹੁਆ ਹੈ, ਕਿਉਂਕਿ ਨੀਚੇ ਜਗ੍ਹਾ ਨਹੀਂ ਹੈ, ਤੋ ਪੁਲ ਕੇ ਉੱਪਰ ਸੇ ਖੜੇ ਹੋ ਕਰ ਵੋ ਦੇਖ ਰਹੇ ਹੈ। ਤੋ ਮੀਨਾਰੇ ਪਾਕਿਸਤਾਨ ਕੇ ਅੰਦਰ ਜਾਣੇ ਕਾ ਤੋ ਹਮ ਸੋਚ ਵੀ ਨਹੀਂ ਸਕਤੇ ਕਿ ਇਸ ਵਕਤ ਹਮ ਮੀਨਾਰੇ ਪਾਕਿਸਤਾਨ ਕੇ ਅੰਦਰ ਚਲੇ ਜਾਏ। ਰਾਫਿਆ ਨੇ ਮੁਝੇ ਕਹਾ ਕਿ ਮੀਨਾਰੇ ਪਾਕਿਸਤਾਨ ਕੇ ਅੰਦਰ ਜਾਤੇ ਹੈ, ਤੋ ਮੈਨੇ ਕਹਾ ਬਿਲਕੁਲ ਰਹਿਣੇ ਦੇ, ਹਮੇ ਪਤਾ ਹੀ ਨਹੀਂ ਚਲੇਗਾ ਕਿ ਹਮਾਰੇ ਸਾਥ ਹੋ ਕੇ ਆ ਰਹਾ ਹੈ। ਤੋ ਰਾਫਿਆ ਆਪ ਜਾਣਾ ਚਾਹਤੀ ਹੈ, ਬਹੁਤ ਬੁਰਾ ਅਸਰ ਹੋਗਾ। ਇੱਕ ਮੋਟਰਸਾਈਕਲਾਂ ਦੀ ਜਗ੍ਹਾ ਹੈ, ਇਹ ਦੇਖੋ ਆਵਾਮ ਦੇਖੋ ਕਿੰਨੀ ਆਵਾਮ ਹੈ, ਬਹੁਤ ਜ਼ਿਆਦਾ ਰਸ਼ ਹੈ ਇਸ ਵਾਰ, ਕਿਉਂਕਿ ਕੋਰੋਨਾ ਕਾ ਆ ਇਸ ਵਾਰ ਲਾਕਡਾਊਨ ਨਹੀਂ ਥਾ ਔਰ ਲਾਕਡਾਊਨ ਨਾ ਹੋਣੇ ਕੀ ਵਜ੍ਹਾ ਸੇ ਬਹੁਤ ਜ਼ਿਆਦਾ ਰਸ਼ ਹੋ ਗਿਆ ਹੈ।